रड़ाती जाटे सन्नी ਉਹ ਰਲਾਤੀ ਭਈਆ ਗੋਹਾ ਜਾ ਹਟਾ ਰਿਆ ਮਸਾ ਡੰਗਰਾ ਚਲੇ ਹਟਾ ਕੇ ਸੰਨੀ ਰਲਾ ਕੇ ਨਾ ਹਾਂ ਐ ਦੱਸ ਮੈਨੂੰ ਹਾਂ ਉਹ ਬਰਸੀਨ ਵਾਲਾ ਕਰਤਾ ਉਹਦਾ ਚਰੀ ਜਿਹੜਾ ਕਰਤਾ ਦੀ ਬੇਲਾ ਉਹ ਬਰਸੀਨ ਬੀਜਾਂਗੇ ਫਿਰ ਉਹ ਤਾਂ ਮੈਂ ਬਾਕੀ ਕੱਲ ਜਵੀ ਵੀ ਬੀਜਿਆ ਇੰਨਾ ਟਾਈਮ ਥੋੜੀ ਲੱਗਦਾ ਹੁੰਦਾ ਡੰਗਰ ਦਾ ਦੇਖ ਲਾ ਮਾਲ ਭੁੱਖਾ ਮਾਰਨਾ ਆਪਾਂ ਨੇ ਇੰਨਾ ਖਾਲੀ ਛੱਡ ਕੇ ਥੋਂ ਉਹ ਤਾਂ ਠੀਕ ਹੈ ਬਰਸੀਨ ਬੀਜਤਾ ਤੈਂ ਜਵੀ ਬੀਜਿਆ ਕੱਲਾ ਉੱਪਰ ਦੀ ਪਾਣੀ ਦੇ ਕੇ ਸਿੱਟਾ ਮਾਰਦਾ ਹੈ ਬਰਸੀਨ ਦਾ ਭੁੰਕਲ ਦਾ ਵੀ ਪਹਿਲਾਂ ਪਹਿਲਾਂ ਹੋ ਜੂ ਜਵੀ ਹਾਂ ਪਹਿਲਾਂ ਜਵੀ ਲਿਕੜੇ ਹੋਊਗੀ ਬੜਾ ਟਾਈਮ ਜਾਂ ਲਗਾਈ ਜਦੋਂ ਇੰਨੀ ਨਿੱਕ ਹੋ ਗਈ ਨਾ ਮਾ ਤੂੰ ਚਿੰਤਾ ਯਾਰ ਜਰ ਡੇਡੀ ਲਿਕੜੀ ਪਾਣੀ ਦੇ ਕੇ ਉਹਦੀ ਕਰ ਦਾਂ ਬਹੁ ਦੀ ਨਾਲ ਹੀ ਨਾਲ ਦੀ ਨਾਲ ਕਰ ਦਾਂਗੇ ਇਹਦਾ ਮੈਂ ਇਹਨਾਂ ਨੂੰ ਬਸਾ ਤੂੜੀ ਪਾਤੀ ਹੱਥ ਮਾਰਦਾ ਮਸ ਖਾਲ ਪਿਉਂਤੀ ਪਈ ਆ ਠੀਕ ਹੈ ਆ ਗੋਹਾ ਜਿਹਾ ਰਹਿ ਗਿਆ ਹਟਾਉਣ ਵਾਲਾ ਬਸ ਇੱਧਰ ਲਾ ਫੀਡ ਫੂਡ ਤਾਂ ਹੈਗੇ ਕਿ ਪਈ ਹੈ ਜੀ ਮੁੱਕਰੀ ਦੀ ਯਾਰ ਖਾਲ ਖਾਲ ਮੁੱਕਰੀ ਆ ਖਾਲ ਦੇ ਲਿਆ ਦੇ 4-5 ਗੱਟੇ ਐਂ ਕਰੀ ਮੇਰੀ ਗੱਲ ਸੁਣਾ ਜਦੋਂ ਕੱਖਾਂ ਨੂੰ ਜਾਵੇਂਗਾ ਕੱਖ ਲਿਆ ਕੇ ਮੈਂ ਉਹਨੂੰ ਜੱਗੀ ਨੂੰ ਦੋਜੀ ਨੂੰ ਫੋਨ ਕਰਦਾ ਨਾ ਅੱਛਾ ਉਦੋਂ ਚੱਕ ਲੈਂ ਚਾਰ ਥੈਲੇ ਚੱਲ ਫਿਰ ਫੋਨ ਕਰਦੀ ਉਹਨੂੰ ਮੈਂ ਲਿਆਉਂਗਾ ਦੁੱਧ ਜਮੀ ਸੁੱਕ ਗਈ ਆ ਫੋਨ ਕੀ ਕਰਨਾ ਯਾਰ ਹੁਣ ਦੁੱਧ ਪਾਉਂਦੇ ਤਾਂ ਹੈਗੇ ਆਪਾਂ ਤੇ ਮੈਂ ਕਹਿ ਦੂੰ ਚਲ ਉਹਨੂੰ ਕਹਿ ਦਾਂ ਨਾ ਵੈਸੇ ਮਾੜਾ ਜਾ ਤੂੰ ਕਹਿ ਦੀ ਤੇਰਾ ਫਰਕ ਆ ਮੇਰੇ ਯਾਰ ਤੂੰ ਚਾਉਂਦਾ ਜਾਂ ਨਾ ਦੇ ਲਵੇ ਚਲ ਕੋਈ ਨਾ ਮੈਂ ਕਹਿ ਦੂੰਗਾ ਕਹਿ ਦੀ ਉਹਨੂੰ ਮੈਂ ਆ ਗੋਹਾ ਜਾ ਹਟਾ ਦਾਂ ਮਸਾ ਸੰਨੀ ਤਾਂ ਰਲਾ ਰਹੇ ਨੇ ਡੰਗਰਾਂ ਨੂੰ ਆ ਬੜੀ ਕਹਿੰਦੀ ਦੁਬਾਰੇ ਤਾਂ ਨਹੀਂ ਬੋਲੀ ਹੋਏ ਹੈ ਆ ਰਹਿ ਗਈ ਸੀ ਹਾਂ ਰਹਿ ਗਈ ਆ ਤਾਂ ਸਾਰੀ ਆ ਦੁੱਧ ਦਿੰਦੀ ਆ ਇਹਦਾ ਸੁੱਖ ਨਾਲ ਪਸ਼ੂ ਸਾਰੀ ਸੂਣ ਵਾਲੇ ਨੇ ਆਪਣੇ ਹੁਣ ਆ ਚਾਰੇ ਲੈਣੇ ਸੂਣ ਵਾਲੀ ਆ ਚਾਰੇ ਪਸ਼ੂ ਦੇ ਪੰਜਵੀਂ ਆ ਉਹ ਕੱਲੀ ਉਹ ਬੜੀ ਦੁੱਧ ਦਿੰਦੀ ਆ ਨਾ 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 ਇਹ ਵੀ ਸੂਗੀ ਆ ਦਿੰਦੀ ਆ ਦੁੱਧ ਆਪਣੀ ਹੁਣ ਅੱਛਾ ਆ ਦਿੰਦੀ ਆ ਡੱਬੀ ਜੀ ਬੈੜੀ ਦਿੰਦੀ ਆ ਉਹ ਤਾਂ ਉਹ ਪਰਾ ਹੋ ਜੋ ਉਹ ਐ ਦੱਸ ਜਾਂਟੇ ਮੈਨੂੰ ਹਾਂ ਭਾਈ ਆ ਚੋਟੀ ਦੀ ਕੱਟੀ ਨਹੀਂ ਦਿੰਦੀ ਮੈਨੂੰ ਉਹ ਤੇਰਾ ਦਿਮਾਗ ਠੀਕ ਆ ਭਾਈ ਅੱਜ ਦਿਮਾਗ ਤਾਂ ਠੀਕ ਹੈ ਮੇਰਾ ਜਿਹੜਾ ਤੂੰ ਕਹਿ ਦੇ ਨਾ ਉਹ ਗੱਬੜ ਬੈੜੀ ਨੂੰ ਉਹ ਦੁੱਧ ਦਿੰਦੀ ਆ ਕਦੇ ਕਹਿ ਦੇ ਨਾ ਇਹਦੀ ਕੱਟੀ ਦਿੰਦੀ ਨਹੀਂ ਹੈਗੀ ਉਹ ਇਹਦਾ ਸੂਣ ਵਾਲੀ ਆ ਝੂਟੀ ਬੌਲਿਆ ਇਹ ਸੂਈ ਨਹੀਂ ਹੋਈਦੀ ਓਹੋ ਅਸਰ ਝੋਟੀਆਂ ਹਜੇ ਤਾਂ ਸੂਗੀ ਏ ਉਹ ਮੇਰੇ ਦਾ ਯਾਰ ਨਾ ਦਿਮਾਗ ਤੂੰ ਕਿਵੇਂ ਪਰੇਸ਼ਾਨ ਜੇ ਹੋ ਰਿਹਾ ਪਹਿਲਾਂ ਮੈਨੂੰ ਐ ਦੱਸ ਯਾਰ ਮੇਰਾ ਦਿਮਾਗ ਖੱਲੇ ਆ ਜਾ ਬਹਿ ਕੇ ਦੱਸਦਾ ਮੈਂ ਤੈਨੂੰ ਚੱਲ ਬਹਿ ਕੇ ਦੱਸ ਮੇਰਾ ਮੈਨੂੰ ਲੱਗਦਾ ਅੱਜ ਤੇਰਾ ਢੰਗ ਜਾ ਓਏ ਹੁਣ ਦੱਸ ਤੂੰ ਮੇਰੇ ਯਾਰ तेन पता है जवाक ही नहीं है पता नहीं दवाई बूटी लेंदे ने पता नहीं ऊ पकाई मारी जाते ने ਉਹ ਤੂੰ ਜਮੀ ਟੈਨਸ਼ਨ ਨਾ ਲਿਆ ਕਰ ਰੱਬ 12 ਸਾਲ ਮੰਗਰੋ ਰੂੜੀ ਦੀ ਵੀ ਸੁਣ ਲੈਂਦਾ ਸਾਡੀ ਨਹੀਂ ਸੁਣਦਾ ਮੈਨੂੰ ਉਹ ਸਾਹ ਸੁਣੂਗਾ ਯਾਰ ਨਾ ਸਾਡੀ ਨਹੀਂ ਸੁਣਦਾ ਓਏ ਵਿਆਹ ਨੂੰ ਦੱਸੇ 4 ਸਾਲ ਹੋਏ ਨੇ ਮੁੰਡੇ ਦੇ ਤੂੰ ਤਾਂ ਉਹੀ ਕਾਲੀ ਕਰੀ ਜਾਂਦਾ ਕਾਲੀ ਯਾਰ ਸਰੀਕ ਮਿਹਣੇ ਦੇ ਲੰਘਦੇ ਨੇ ਕਰਾ ਕੇ ਓਏ ਫਿਰ ਸਰੀਕਾਂ ਨੂੰ ਹੁਣ ਕੀ ਕਰੇ ਆ ਸਰੀਕ ਤਾਂ ਸੌ ਕੁਛ ਕਹਿੰਦੇ ਨੇ ਆਏ ਤਾਂ ਫਿਰ ਚੱਲਿਆ ਵੀ ਨਹੀਂ ਜਾਂਦਾ ਤੈਨੂੰ ਪਤਾ ਹੈ ਓਏ ਸਾਹ ਸੁਣ ਲੂ ਪ੍ਰਮਾਤਮਾ ਤੂੰ ਤਾਂ ਉਹੀ ਟੈਨਸ਼ਨ ਲਈ ਜਾਂਦਾ ਹੁੰਦਾ ਖਾਮ ਖਾਈ ਉਹ ਕੰਜਦਾਂ ਨੂੰ ਮੈਂ ਤਾਂ ਤੇਰੀ ਭਰਜਾਈ ਅੱਜ ਕੁਝ ਹੋਰ ਜੀ ਕਹਿ ਰਹੀ ਸੀ ਮੈਨੂੰ ਕੀ ਕਹਿੰਦੀ ਸੀ ਮੈਂ ਤਾਂ ਫਿਰ ਇੱਕ ਦਿਨ ਅੱਕ ਕੇ ਕਿਹਾ ਸੀ ਮਹਾ ਇਹ ਕਿਹੜਾ ਫਿਰ ਆਪਾਂ ਨੇ ਲੋਕਾਂ ਵਾਸਤੇ ਰੱਖਿਆ ਹੋਇਆ ਵੀ ਮੁੰਡੇ ਨੂੰ ਕਹਿਆ ਸੀ ਮਹਾ ਤੂੰ ਦੂਜਾ ਵਿਆਹ ਕਰਾ ਲੈ ਹਾਂ ਫਿਰ ਹੁਣ ਉਹ ਕਹਿੰਦੇ ਤੇ ਮੇਰੇ ਘਰ ਵਾਲੀ ਕਹਿੰਦੀ ਅੱਜ ਤੇਰੀ ਭਰਜਾਈ ਹਾਂ ਕੀ ਕਹਿੰਦੀ ਸੀ ਉਹ ਕਹਿੰਦੀ ਉਹ ਨੂੰ ਕਹਿੰਦੀ ਆ ਵੀ ਅੱਕੇ ਮੇਰੀ ਛੋਟੀ ਭੈਣ ਨੂੰ ਲੈ ਆਉਣਾ ਫਿਰ ਹੋਰ ਕੀ ਭਾਲਦੇ ਨੂੰ ਸੀ ਜਦੋਂ ਉਹ ਕਹਿ ਰਹੀ ਹੈ ਮੇਰੀ ਛੋਟੀ ਭੈਣ ਨੂੰ ਲੈ ਆਉਣੇ ਆ ਫਿਰ ਉਹ ਦੋਏ ਭੈਣਾਂ ਇਕੱਠੀਆਂ ਰਹਿ ਲੈਣਗੀਆਂ ਉਹ ਮੇਰੇ ਸਾਲ ਦਾ ਮੈਨੂੰ ਤਾਂ ਉਦੋਂ ਜ਼ਿਆਦਾ ਫਿਕਰ ਪੈ ਗਿਆ ਕਾਹਦਾ ਉਹ ਖੂਨ ਦਾ ਕੰਜਰ ਦਾ ਉਹੀ ਹੈ ਜੇ ਉਹਦੇ ਬਿਨਾਂ ਹੋਇਆ ਫਿਰ ਓਏ ਐ ਹੁਣ ਯਾਰ ਪੰਜੇ ਉਂਗਲਾਂ ਖਿਆਰ ਥੋੜੀ ਹੁੰਦੀਆਂ ਨੇ ਮੇਰੇ ਯਾਰ ਤੂੰ ਤਾਂ ਆਪਦੀ ਮਰੀ ਜਾਂਦਾ ਉਹੀ ਮੇਰੇ ਤਾਂ ਆ ਦਿਮਾਗ ਤੇ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਵਧੀਆ ਤੁਹਾਡਾ ਤੁਸੀਂ ਲੈ ਲਓ ਰਿਸ਼ਤਾ ਉਹ ਕੁੜੀ ਦਾ ਵੀ ਲੈ ਲਈਏ ਲੈ ਲਓ ਵਧੀਆ ਪ੍ਰਮਾਤਮਾ ਰੰਗ ਭਾਗ ਲਾ ਦੂਗਾ ਚੱਲ ਉਹਦੇ ਨਹੀਂ ਹੋਇਆ ਵਿਚਾਰੀ ਦੇ ਦੇ ਹੋਜੂ ਤਾਂ ਦੇ ਦਾਂ ਮੈਂ ਪੁੱਤਰੀ ਭਜਾਈ ਨਾਲ ਕਰਦਾ ਹਾਂ ਤੂੰ ਰਾਏ ਕਰ ਕੁਛ ਨਹੀਂ ਹੁੰਦਾ ਤੁਸੀਂ ਲੈ ਲਓ ਰਿਸ਼ਤਾ ਵਧੀਆ ਚਲ ਕਰਦਾ ਮੈਂ ਫਿਰ ਹਾਂ ਕਰ ਲੈ ਗੱਲ ਤੂੰ ਜਾ ਕੇ ਮੈਂ ਆਪਦਾ ਰਲਾ ਦਾ ਸੰਨੀ ਰਲਾ ਕੇ ਕੱਖ ਤਾਂ ਵੱਢ ਲੈ ਦੀ ਕਿ ਲਿਆਉਣੇ ਨੇ ਹਜੇ ਕੱਖ ਲਿਆਉਣੇ ਨੇ ਹਜੇ ਕਿੱਥੇ ਲੱਤੇ ਕੱਖ ਚਲ ਕੱਖ ਵੱਢ ਲੈ ਫਿਰ ਉਹਨੂੰ ਜਾਂਦਾ ਜਾਂਦਾ ਕਹਿ ਦੀ ਨਾਲੇ ਉਹਨੂੰ ਜੱਗੀ ਦੋਜੀ ਨੂੰ ਕਹਿੰਦੇ ਮੈਂ ਖਾਲ ਲੈ ਕੇ ਜਾਊਂਗਾ ਚੱਕ ਹਾਂ ਮੈਂ 4 ਬੋਰੀਆਂ ਆਪੀ ਚੱਕ ਲਿਉਂਗਾ ਉਹਦੀ ਚਾਹ ਪਾਣੀ ਪੀਜੀ ਘਰੇ ਆ ਕੇ ਜਾਗਾ ਕੋਈ ਨਾ ਮੈਂ ਆਪੀ ਪੀ ਲੂੰਗਾ ਚੰਗਾ ਉਹ ਲਾਡੀ ਬਾਈ ਕੀ ਹਾਲ ਹੈ ਯਾਰ ਹਾਂ ਕਿਵੇਂ ਚੱਲ ਰਿਹਾ ਕੰਮ ਹੋਰ ਮਿਸਤਰੀ ਵਧੀਆ ਬਾਈ
ਮੈਂ ਕਹਿਣਾ ਸੀ ਹਾਂ ਬਾਈ ਸਮਾਨ ਦੀ ਕੋਈ ਲੋੜ ਆ ਨਾ ਬਾਈ ਵਾਧੂ ਹੈ ਰੁਪਈਆ 2 ਲੱਖ ਵੱਧ ਲੱਗ ਜੇ ਠੀਕ ਹੈ ਸਮਾਨ ਦੀ ਘਾਟ ਨਹੀਂ ਲੈਣੀ ਚਾਹੀਦੀ ਨਾ ਬਾਈ ਕੋਈ ਘਾਟ ਰੁਪਈਆ ਤੁਹਾਡਾ ਕੰਮ ਸਾਡਾ ਹਾਂ ਕਾਲਜੇ ਫੁਕਣੇ ਦਾ ਆਪਾਂ ਕਾਲਜੇ ਮੈਂ ਕਿਹਾ ਨਾਲ ਭਰਾ ਸਕ ਫੁਕ ਲਾਂਗੇ ਲਾਡੀ ਤੂੰ ਧਿਆਨ ਰੱਖਣਾ ਮਿਸਤਰੀ ਦੇ ਹਾਂ ਲੜਕਾ ਕਰਦਾ ਜੇ ਸਭ ਚੱਕ ਰਾਏ लड़का कर दी पूरी पता लगे पिंड च भी व्याह करके भी प्रोग्राम करे जिन्होंने बहुत छेती आ गया तो मैं भतीज तेन पता है फिर यार कबीलदारी के 100 कम होंगे ने मैं एक वोट आने करके सरपंच खिच के ले जाना मैं घर घर ने गेड़े दे के चल रहा है मैं पता तेरी ताई होर नहीं आईया ਉਹੀ ਤਾਂ ਮੈਂ ਤੈਨੂੰ ਪੁੱਛਣਾ ਨਾ ਮੇਰੀ ਤਾਈ ਆਈ ਹੈ ਨਾ ਤੂੰ ਆਇਆ ਨਾ ਮੇਰਾ ਬਾਈ ਆਇਆ ਨਾ ਭਟਾਈ ਆਈ ਹੈ ਕੋਈ ਵੀ ਨਹੀਂ ਆਇਆ ਮੇਰੇ ਦਾ ਯਾਰ ਓਏ ਉਹ ਤਾਂ ਫਿਰ ਮੈਨੂੰ ਐ ਲੱਗਦਾ ਕੰਜਰ ਦੇ ਦਵਾਈ ਦੂਈ ਲੈਣ ਪਾ ਗਏ ਕੋਈ ਵੀ ਨਹੀਂ ਪਹੁੰਚਿਆ ਨਾ ਮੈਂ ਵੀ ਦਿੱਤਾ ਵੇ ਨਾ ਕੰਜਰ ਦੇ ਨੇ ਮੈਨੂੰ ਦੱਸਿਆ ਲੈ ਤੈਨੂੰ ਦੱਸ ਕੇ ਸਨੇਹਾ ਦਾ ਮੈਂ ਲਾ ਕੇ ਆਇਆ ਸੀ ਚੱਲ ਰਿਹਾ ਕੰਮ ਵਧੀਆ ਹੋਰ ਹੋਰ ਮੈਂ ਜੀ ਠੀਕ ਠਾਕ ਹੋ ਹੋਰ ਬਾਈ ਕੱਤਾ ਰੰਡਾ ਖਾਣਾ ਉਸ ਨੇ ਨਾ ਮੈਂ ਖਾਣਾ ਹਜੇ ਕੁਝ ਨਹੀਂ अच्छा प्रोग्राम फिर बड़े ही कर लिया हरमन है माल चलन देखो तू 2 लाख बदले लग गया अपना पर मर्जी है ठीक है देख के जे कर लंदा इतने प्रोग्राम करने की जरूरत ओए आए नहीं तेरा महल बढ़िया हो गए प्रोग्राम साल से कमा जन देना अपना ओए तो ऐ साल ही कर दियो ओ चक्कर ना मन ना आओ देखो ओ लग रहे ने गां बटना आ चल रहा काम रे ये तो हुन मेरे वर्गे ने खा के इथे नाले खा जानगे नाले प्यार गल्ला कह जानगे जवाक दे काम आ जांदे जन्मदिन मना रहे हैं चलो मर्जी है रिश्तेदार भी खुश होंगे अपने चलो बढ़िया चंगी गल है भाई फिर हम की कह सकते हैं अगले प्रोग्राम दी पहुंचे नु की प्रोग्राम ओ लाऊंगे डीजे डूजे भी लाऊंगा बल्ल भड़कावांगे आपा फिर तो कहंदे ओ भी करदे होंगे ओए एक बुक भी चलूगा हां मैं ओही कहंदी फिर ओ भी कर आजी कोई चक्कर है जी सामान भी है हां दूसरा सामान भी है आ बंदा अपना मैनेजर है अच्छा सारा चक ठीक है चक चलो केड़ी चीज दी लोड है मैं दस दे नु कोई ना जे मेनू लोड़ू मैं आप कह के ले लूंगा कोई दी मैं ना होया इनू कह दी बंदे नु ठीक है चल फिर मैं घर में तेरी ताई होरां नु देख के उनां लियावां फिर मैं उनां नु है लिया तू ए तो बाद होरां मेनू तां ऐ दी मैं किते आ गईयां हुण ओ लिया तू सीधे लिया उनां नु हां होर भाई दस हुण कोई तीज दी कोई घाट बाद कोई घाट नहीं भाई तेनु ठंडा लत्ता सब मिल गया लाडी तू भाई देख ले ते बाद च ना कह दियो मेनू कोई घाट नहीं भाई चल वधिया लाडी भाई खुशी बहुत है अग लगी पी एन पूरी जमी क्या वाकई कर दें रंग आप मिस्त्री 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 कह ला दा कर दी है चल दस दी जे लोड़ कोई होई चलो तेरी मां नू कह चाह दे मेनू बना के मैं उधर सन्नी नू डंगरा नू ओ माता हां पुत्ता आ चाह लिया दे मेरे दाए नू ल्याउनी है ल्याउनी है और हुन तू किवें ढल्लाया प्यार ओए ओ मैं लो उही पै जाना उही पै जाना तू मड़ा गाना खेत बन्ने गेड़ा मारया कर मेरा ਉਰੇ ਨਿੰਮ ਥੱਲੇ ਬੈਠਾ ਰਹਿਣਾ ਕੋਈ ਥੇ ਹੀ ਦਰਵਾਜੇ ਬੈ ਜਾ ਕਰ 10 ਮਿੰਟ ਕਿਸੇ ਦੇ ਮੂੰਹ ਲੱਗ ਜਾ ਕਰ ਤੂੰ ਕਾਹ ਨੂੰ ਬੈਠਣ ਦਿੰਦਾ ਮੇਰਾ ਬਾਪ ਯਾਰ ਕਿਉਂ ਉਹ ਤੈਨੂੰ ਕੀ ਕਹਿੰਦਾ ਤੇਰਾ ਬਾਪ ਆਰਾ ਦਿਨ ਦੁੰਨੀ ਜਾਂਦਾ ਇੱਕ ਗੱਲ ਦੀ ਹਿੰਡ ਫੜ ਕੇ ਰੱਖਦਾ ਉਹ ਕਾਦੀ ਹਿੰਡ ਫੜ ਕੇ ਰੱਖਦਾ ਆ ਲਓ ਜੀ ਚਾਹ ਲਿਆਓ ਭਾਈ ਓਹੋ ਇੰਨੀ ਤੱਤੀ ਫੂਕਦੇ ਹੁੰਦੇ ਨੇ ਚਾਹ ਹੱਥ ਮਚਾਤੇ ਲੈ ਜੇ ਠੰਡੀ ਫੜਾ ਤਾਂ ਫਿਰ ਕਹਿ ਦਿੰਦਾ ਇਹ ਠੰਡੀ ਲਿਆਤੀ ਉਹ ਚੱਲ ਭਾਈ ਕੋਈ ਨਾ ਮੁੰਡਾ ਠੀਕ ਕਹਿੰਦਾ ਜੀ ਗੱਲ ਤੁਸੀਂ ਮਾੜੀ ਮੋਟੀ ਇਹਦੇ ਪਿਆਉ ਨੂੰ ਸਮਝਾਇਆ ਕਰੋ ਉਹ ਤਾਂ ਸਾਰਾ ਦਿਨ ਸਿੰਘ ਮਿੱਟੀ ਚੱਕੀ ਰੱਖਦਾ ਹੁਣ ਜਵਾਕ ਤਾਂ ਰੱਬ ਦੀ ਮਰਜ਼ੀ ਆ ਆਪਣੇ ਹੱਥ ਥੋੜੀ ਆ ਕੋਈ ਗੱਲ ਇਹ ਉਹ ਭਾਈ ਇਹ ਤਾਂ ਪ੍ਰਮਾਤਮਾ ਦੀ ਦੇਣ ਆ ਉਹ ਵੀ ਥੋੜਾ ਜਿਹਾ ਤੂੰ ਹੀ ਦਿਮਾਗ ਤੇ ਲੈ ਕੇ ਰੱਖਦਾ ਬੋਝ ਪੈ ਰਿਹਾ ਉਹਦੇ ਵੀ ਉਹ ਵੀ ਸਹੀ ਕੂਕਦਾ ਉਹਨੂੰ ਵੀ ਕੋਈ ਚਾਨਣ ਨਹੀਂ ਗਾਹਾਂ ਦਿੰਦਾ ਤੂੰ ਵੀ ਹੁਣ ਉਹਦੇ ਮਾਗਰ ਲੱਗ ਜਾ ਚੱਲ ਮਾਤਾ ਮੈਂ ਕਰਦਾ ਗੱਲ ਇਹ ਤਾਂ ਹੀ ਓਏ ਮਾਗਰ ਨਹੀਂ ਮੈਂ ਲੱਗਿਆ ਤੂੰ ਪਤੀ ਜੇ ਸਮਝ ਲਿਆ ਕਰ
सब दे दूगा नीचा रखो परमात्मा ते। होर सुना ओ ठीक आ। एक स्प्रे लिया दे तू स्प्रे करा दी खेत आपां ਸਪਰੇ ਫੜ ਲਈ ਨੂੰ ਮੈਂ ਫੋਨ ਕਰਦਾ ਨੂੰ ਜੇ ਮੇਰਾ ਗੇੜਾ ਲੱਗਿਆ ਮੈਂ ਫੜ ਲਿਆ ਉਹੀ ਫਾਲੇ ਹੀ ਮੈਂ ਤਾਂ ਹਜੇ ਬਰਸੀਨ ਬਰਸੂਨ ਵਾਲਾ ਬਾਉਣਾ ਬਾਹਣਾ ਉਹ ਜਬੀ ਜੂਬੀ ਬੀਜ ਦਾਂਗੇ ਚਲੋ ਹੋਰ ਡੰਗਰਾਂ ਨੂੰ ਹੋ ਜਾਊਗਾ ਨੀਰਾ ਚਲ ਠੀਕ ਹੈ ਫਿਰ ਤਾਂ ਚਲ ਠੀਕ ਆ ਚਲ ਕੋਈ ਗੱਲ ਨਹੀਂ ਮੈਂ ਫਿਰ ਸੰਜੀਵ ਲਾ ਕੇ ਆਉਣਾ ਡੰਗਰਾਂ ਨੂੰ ਠੀਕ ਹੈ ਠੀਕ ਆ ਯਾਰ ਹਰੇ ਕੀ ਉਹਦਾ ਬੁੜੇ ਦਾ ਪੱਖ ਲੈ ਕੇ ਖੜ ਜਾ ਉਹ ਲਿਆ ਦੇ ਪਾਣੀ ਦਾ ਗਲਾਸ ਹੁਣ ਅੰਦਰੇ ਵੜ ਕੇ ਬਹਿ ਗਈ सवेरे मैं यही कहा बहू ऐ कहंदी हैगी मेरी भैन दा रिश्ता लै लैने रायवाड़ी तां मैं करी मैं तां चलो मेरा खास मित्र अपना जंटा ਚਲੋ ਇਹਦੇ ਨਾਲ ਕਰ ਲੈਣਾ ਬਿੰਦ ਘੜੀ ਬਹਿ ਕੇ ਗੱਲਾਂ ਬਾਤਾਂ ਹੋਰ ਕੌਣ ਆਇਆ ਕਰਨ ਵਾਲਾ ਇਹ ਤਾਂ ਦੁਨੀਆ ਨਾਲ ਤਾਂ ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਲੋਕ ਤਾਂ ਸਵਾਦ ਲੈਂਦੇ ਨੇ ਹੋਰ ਮੈਂ ਕੀ ਸਮਝਾਉਣੀ ਹੁੰਦੀ ਆ ਫਿਰ ਵੀ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਈਂਦਾ ਨਹੀਂ ਆਈਂਦਾ ਹੁਣ ਉਹ ਦੱਸ ਦਿਓ ਕੀ ਕਹਿੰਦਾ ਉਹ ਤਾਂ ਕਹਿੰਦਾ ਚੰਗੀ ਗੱਲ ਹੈ ਚਲੋ ਕਰ ਲਓ ਘਰ ਦਾ ਘਰ 'ਚ ਹੀ ਰਹਿ ਜਾਣਾ ਉਹ ਗੱਲ ਚੱਲ ਮੇਰੇ ਠੀਕ ਜੀ ਵੀ ਲੱਗੀ ਮੈਨੂੰ ਵੀ ਪਰ ਚੱਲ ਮੈਂ ਤੈਨੂੰ ਐਂ ਕਹਿਣਾ ਵੀ ਤੂੰ ਇਹਨੂੰ ਕੁੜੀ ਨੂੰ ਕਹੀਂ ਇੱਕ ਵਾਰੀ ਪ੍ਰੀਤ ਨੂੰ तेरे लड़जे पूछ कनी हो माड़ी मोटी संग मन जे उन्होंने कहता सोडे मुंडे दे टेस्ट कराओ की जवाब देवांगे करा लांगे साडे मुंडे दी की कोई कमी है तू कदे किसे कंजर दी मन लिया कर तेनू मैं दसा मेरे सल दा खानदान ही सोडा तां है जे हरिद्वार तुरके वग जांदे ने जवाकां पिछे खाखा पड़ दू मेरी सौकण दियां तेरिया तू क्यों दिमाग च बह जाने जो घरे आ जाना मैं तेरा कलेश नहीं निपटदा तू ओहदे नाल कर लै कुड़ी नाल गलबात करके पर जिहड़ा कोई हैगा कट्टा कट्टी कर दू पर क्यों तू एवें भांडे ठीकर चाके लोकां नूं वंड दो मैं जमीन गुरुद्वारे दे नाम लवा देना जमीन जमीन पता नहीं की छाती दे धरके ले जाणी जमीन लोग छाती दे धरके लेके जांदे ने अपने जवाकों वास्ते फिरदे ने तुरे ਉਹ ਬਾਗ ਜਾ ਪੁੱਠੇ ਖੁਰਨੇ ਵਾਲੀਏ ਕਿਉਂ ਦਿਮਾਗ 'ਚ ਬੈਠੀ ਹੈ ਗੱਲ ਕੀ ਕਰ ਰਿਹਾ ਮੈਂ ਕਰ ਕੀ ਰਹੀ ਹੈ ਕਿਹਾ ਤਾਂ ਤੈਨੂੰ ਕੁੜੀ ਨੂੰ ਸਮਝਾ ਲੈ ਕਿੱਡਾ ਹੰਕਾਰਿਆ ਹੋਇਆ ਇਹ ਕਿਵੇਂ ਭੌਂਕਦਾ ਕੁੱਤੇ ਵਾਂਗੂ ਮੰਮੀ ਜੀ ਬਹਿ ਜਾਓ ਤੁਸੀਂ ਡੈਡੀ ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਮੈਂ ਆਪ ਹੀ ਸਮਝੀ ਬੈਠੀ ਹਾਂ ਡੈਡੀ ਜੀ ਨਾਲ ਨਾ ਮੈਂ ਘਰੇ ਗੱਲ ਕਰ ਲਈ ਆ ਮੇਰੇ ਘਰ ਦੇ ਰਿਸ਼ਤੇ ਨੂੰ ਤਿਆਰ ਨੇ ਉਹ ਵੀ ਚਾਹੁੰਦੇ ਨੇ ਵੀ ਮੇਰਾ ਘਰ ਖਰਾਬ ਨਾ ਹੋਵੇ ਬਾਕੀ ਮੈਂ ਉਹਦੀ ਭੈਣ ਨਾਲ ਵੀ ਗੱਲ ਕਰ ਲਈ ਉਹ ਵੀ ਰਿਸ਼ਤੇ ਵਾਸਤੇ ਤਿਆਰ ਆ ਬਸ ਤੁਸੀਂ ਦੱਸੋ ਆਪਾਂ ਚੁੰਨੀ ਚੜਾ ਕਰਕੇ ਲੈ ਆਣਾ ਉਹਨੂੰ ਚੰਗੀ ਗੱਲ ਹੈ ਭਾਈ ਇਹ ਤਾਂ ਫਿਰ ਖੁਸ਼ੀ ਵਾਲੀ ਗੱਲ ਹੈ ਚਲਦੇ ਆ ਗੱਲ ਕਰ ਲਈ ਆਪਾਂ ਚੁੰਨੀ ਚੜਾ ਲਿਆਵਾਂਗੇ ਬਸ ਮੰਮੀ ਭਰਤੀ ਏ ਇੱਕ ਵਾਰ ਫਿਰ ਸੋਚ ਲਾ ਮੰਮੀ ਇਹ ਚ ਸੋਚਣ ਵਾਲੀ ਕੀ ਗੱਲ ਹੈ ਇਸ ਘਰ ਵਿੱਚ ਨਾ ਮੈਂ ਆਪਦੀ ਭੈਣ ਨੂੰ ਵਿਆਹ ਕੇ ਲੈ ਕੇ ਆ ਰਹੀ ਹਾਂ ਨਾ ਕਿ ਆਪਦੀ ਸੌਕਣ ਨੂੰ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਪਤਾ ਮੇਰੀ ਭੈਣ ਉਹ ਆ ਕੇ ਨਾ ਘਰ ਨੂੰ ਪੂਰੀ ਤਰ੍ਹਾਂ ਸਾਂਭ ਲੂਗੀ
बाकी मैं भी हैगी हां तुसी टेंशन काहनू लैने मैं कड़ा इत्थों कितें वग गई हां ठीक है धीए जिवें तेरी खुशी कोई गल नहीं ये तो चंगी गल है पुत्ता बहुत वधिया गल करी है तैं डैडी ए आ गए आ जड़दे चल ये तो खुशी वाली गल है फिर राजू खुशी वाली गल है हां भाई खुशी वाली गल है खुशी तेरे ब्याह दी पुत्ता मेरे ब्याह दी हां ना ना ब्याह पूनी मैं करवाऊंगा क्यों ਅਹੀਂ ਕਾਹਨੂੰ ਕਰਦੇ ਸੀ ਮਸਾਂ ਤਾਂ ਮੈਂ ਡੈਡੀ ਤੇ ਮੰਮੀ ਜੀ ਨੂੰ ਮਨਾਇਆ ਹੁਣ ਤੁਸੀਂ ਜਵਾਬ ਦੀ ਜਾਨੇ ਮੈਂ ਤੁਹਾਨੂੰ ਸਵੇਰੀ ਕਹਿਤਾ ਸੀ ਵੀ ਤੁਸੀਂ ਦੂਜਾ ਵਿਆਹ ਕਰਾ ਲਓ ਮੈਂ ਤੈਨੂੰ ਕੀ ਕਿਹਾ ਸੀ ਭਲਾ ਨਹੀਂ ਤੈਨੂੰ ਐਂ ਕਹਿ ਵੀ ਮੈਂ ਨਹੀਂ ਮੰਨਦਾ ਤੁਸੀਂ ਇਹੀ ਚਾਹੁੰਦੇ ਵੀ ਮੈਂ ਘਰ ਚ ਰਹਾ ਮੇਰੀ ਗੱਲ ਸੁਣੋ ਆਪਾਂ ਨੇ ਮੇਰੇ ਭੈਣ ਨੂੰ ਵਿਆਹ ਲੈਣਾ ਨਾਲ ਤਾਂ ਮੈਂ ਘਰ ਚ ਰਹਿ ਲੂ ਨਾਲੇ ਘਰ ਨੂੰ ਵਾਰਸ ਮਿਲ ਜੂ ਸਮਝੋ ਤੁਸੀਂ ਇਸ ਘਰ ਚ ਤਾਂ ਤੂੰ ਹੀ ਰਹੇਂ ਇਕੱਲੇ ਹੋਰ ਨਹੀਂ ਆਉਂਦੀ ਉਰੇ ਕੋਈ सोनू तो कोई फर्क नहीं पैंदा मेरे नौ पुत्र फर्क पैणगे तुसी करांदे नहीं दूजा विआह मैं नहीं कराउणा यार तुसी यही चाहने वे घर च मैं रहा हां मैं तो यही आउणा मेनू ऐ दसो एक घर च ता छड्डो जे मैं दुनिया ते ना रही फेर ता कराउंगे दूजा विआह तुसी तेरा मतलब की मतलब ता थोनू सब कुछ समझ आ जू हड्डे हड छड्डो तुसी छड छड्डो मरन दो मेनू मैं नहीं जाणा छड दे ए की करन लगी तू ਮਰਨ ਲੱਗੀ ਸੀ ਮੈਂ ਮਰਨ ਲੱਗੀ ਦੀ ਨਾਲੇ ਹੋਰ ਮੈਨੂੰ ਇਹ ਦੱਸੋ ਹਾਂ ਹੱਜ ਦਾ ਰੋਕ ਲਿਆ ਅੱਗੇ ਕਿੰਨੀ ਕੁ ਵਾਰ ਰੋਕ ਰੋਗੇ ਉਹ ਮੈਂ ਰੋਕ ਲੂੰ ਨਾ ਜੋ ਤੁਸੀਂ ਮੇਰੇ ਅੱਖਾਂ ਮੁੰਨਣ ਕੋਦ ਕਿ ਮੈਂ ਰੋਕ ਲੋਗੇ ਯਾ ਕਿਉਂ ਮਜਬੂਰ ਕਰੀ ਜਾਂਦੇ ਹੋ ਮੈਨੂੰ ਤੁਸੀਂ ਮਜਬੂਰ ਨਹੀਂ ਕਰ ਰਹੇ ਸਮਝਾ ਰਹੀ ਹਾਂ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਡਾ ਦੂਜਾ ਵਿਆਹ ਹੋ ਗਿਆ ਤੇ ਘਰ ਨੂੰ ਵਾਰਸ ਮਿਲ ਜਾਊਗਾ ਸਿਰਫ ਆਪ ਇੱਕ ਵਾਰਸ ਵਾਸਤੇ ਤੇ ਕੁਝ ਕਰ ਰਹੇ ਆ ਯਾ ਬੜਾ ਇੰਨਾ ਕਹਿੰਦੀ ਨਾ ਤੂੰ ਮੈਂ ਤੇਰੇ ਕਰਕੇ ਕਰਾ ਲਾਂਗਾ मेरा जी नहीं करता हूं मेरी गल सुनो बेशक हुन तुसी ना दुखी मनो हां कर रहे हो पर जदे वेड़े दे विच ना एक छोटा जिहा जवाक तुरिया फिरूगा ना देखियो उदो तुसी ना खुश हो जाओगे मेरी गल मनो बस ब्याह करा लो तुसी चाहना तो मैं भी यही भी अपने घर जवाक फेड़े बस ठीक है तुसी ब्याह नु राजी हो ना